नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। जंडियाला गुरु की नई आबादी के रहने वाले नौजवान का शव बंडाला ट्रेन से मिला। 16 फरवरी को किया गया था अगवा। होशियारपुर की टांडा पुलिस ने एक नशा तस्कर को किया काबू। 1.5 किलो अफीम की बरामद। जालंधर कमिश्नरेट पुलिस ने 2 नशा तस्करों को किया काबू। 120 ग्राम हेरोइन की बरामद। और अब हलचल विस्तार से। जंडियाला गुरु की नई आबादी में रहने वाले नौजवान आकाशदीप सिंह का गत दिनों कुछ व्यक्तियों द्वारा अपहरण कर लिया गया था, जिसके बाद गांव बंडाला की ड्रेन में से आकाशदीप सिंह की लाश बरामद हुई है। इस मौके पर डीएसपी जंडियाला रविंदर सिंह ने बताया कि ये नौजवान 16 फरवरी को अगवा किया गया था और अब 22 फरवरी को उसकी लाश बरामद हुई है। उन्होंने कहा कि इस संबंधी जांच चल रही है, जल्द ही दोषियों को गिरफ्तार कर लिया जाएगा। तो वही मृतक आकाशदीप सिंह की माता पिता और भाई ने बताया कि गत दिनों जंडियाला गुरु से एक लड़का और लड़की घर से भाग गए थे। वह लड़की के भाई को संदेह था कि उनके बेटे आकाशदीप ने उन्हें भगाने में मदद की है, जिसके चलते उनके बेटे को कपड़े वाली दुकान से अगवा कर लिया गया था, जिसकी सीसीटीवी कैमरे की फुटेज भी सामने आई थी और अब पुलिस को उसकी लाश भी बरामद हुई है। उसके शरीर पर तेजधार हथियारों के निशान भी पाए गए हैं, इसलिए वे प्रशासन से मांग करते हैं कि उन्हें इंसाफ दिलाया जाए और दोषियों को सख्त से सख्त सजा दी जाए। जंडियाला गुरु से हलचल के लिए अश्विनी शर्मा की रिपोर्ट। लड़का 16 तारीख को शाम को अगवा किया गया सी। ਉਹਦੀ ਅੱਜ ਸਾਨੂੰ ਡੈੱਡ ਬੋਡੀ ਮਿਲੀ ਆ ਆਪਣੇ ਚੀਤੇ ਤੋਂ, ਜਿਹੜਾ ਬੰਡਾਲਾ ਏਰੀਆ ਰੋਡ 'ਤੇ ਹੈਗੇ ਆ ਸੂਆ, ਉਹਦੇ ਵਿੱਚੋਂ ਉਹ ਡੈੱਥ ਉਹਦੀ ਵਿਚਾਰੇ ਦੀ ਹੋ ਗਈ। ਉਹਦੇ ਦਾਤਰ ਮਾਰ ਕੇ ਉਹਦਾ ਕਤਲ ਕੀਤਾ ਗਿਆ। ਬੋਡੀ ਲੈ ਕੇ ਅਸੀਂ ਹੁਣ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਬਾਕੀ ਤਫਤੀਸ਼ ਸਾਡੀ ਚੱਲ ਰਹੀ ਹੈ। ਕਿੰਨੀ ਉਮਰ ਸੀ ਇਹਦੀ? 20-21 ਸਾਲ ਦਾ ਸੀਗਾ। ਇਹ ਲੱਗਦਾ ਉਸੇ ਦੇ 3-4 ਦਿਨ ਪੁਰਾਣੀ ਹੈਗੀ ਹੈ ਲੱਗਦਾ। ਮੁੱਢਲਾ ਤਾਂ ਇਹੀ ਆ, ਇਹਨਾਂ ਦੇ ਜਿਹੜਾ ਲੜਕਾ ਇਹਦੇ ਤਾਏ ਦੇ ਲੜਕੇ ਨੇ, ਉਹ ਮਾਰਨ ਵਾਲੇ ਬੰਦਾ ਜਿਹਨਾਂ 'ਤੇ ਪਰਚਾ ਸੀ ਪਹਿਲਾਂ ਹੀ 18 ਤਰੀਕ ਨੂੰ ਐਡਮਿਟ ਦਰਜ ਕੀਤਾ ਸੀ 365 ਦੇ ਵਿੱਚ, ਉਹ ਉਹਦੀ ਸਿਸਟਰ ਨੂੰ ਜਿਹੜਾ ਲੈ ਗਿਆ ਸੀ ਵਿਆਹ ਕਰਾਉਣ ਦੀ ਨੀਅਤ ਨਾਲ, ਬਸ ਉਸ ਰੰਜਿਸ਼ ਦੇ ਵਿੱਚ ਹੀ ਇਹ ਉਹਦੇ ਚਾਚੇ ਦੇ ਮੁੰਡੇ ਨੂੰ ਲਿਜਾ ਕੇ ਇਹਨਾਂ ਨੇ ਕਤਲ ਕਰਤਾ। ਬੇਟਾ ਉਹਨੇ ਇਹਦੀ ਟੱਕਰ ਦੀ ਭੈਣ ਕੱਢ ਕੇ ਖੜੀ, ਉਹਨੂੰ ਘਰ ਰੱਖਿਆ ਇਸ ਤੋਂ ਮੈਂ ਵਕਾਉਂਦਾ ਸੀ ਉਹਦੇ ਕੋ, ਉਹਨੂੰ ਆਂਦਾ ਸੀ ਮੈਂ ਤੈਨੂੰ ਮਾਰ ਦੇਣਾ ਨਹੀਂ ਵੇਚੀ, ਤੇ ਇਹਨੇ ਮੇਰੇ ਪੁੱਤ ਕੋ ਉਹਦੇ ਕੋ ਵੀ ਸਮੈਕ ਵਿੱਚ ਵਕਾਈ ਆ। ਮੇਰਾ ਖੂਨ ਸੈਣ ਕੋਈ ਨਹੀਂ ਉਹਨਾਂ ਦਾ ਇੰਨਾ ਹੈਗਾ, ਕੱਢ ਕੇ ਉਹਨੇ ਖੜੀ ਆ। ਮੇਰੇ ਪੁੱਤ ਨੂੰ ਇਹਨਾਂ ਸ਼ੁੱਕਰਵਾਰ ਦੁਕਾਨ ਤੋਂ ਚੁੱਕਿਆ ਵਾ, ਕੱਪੜੇ ਵਾਲੀ ਦੁਕਾਨ 'ਤੇ ਮੇਰਾ ਪੁੱਤ ਕੰਮ ਕਰਦਾ ਸੀ। ਮੇਰਾ ਪੁੱਤ ਘਰੋਂ ਜਾਂਦਾ ਸੀ ਘਰ ਆਉਂਦਾ ਸੀ, ਮੇਰੇ ਪੁੱਤ ਦੀ ਵਿੱਚ ਗੱਲ ਹੁੰਦੀ, ਮੇਰਾ ਪੁੱਤ ਡਰਦਾ ਭੱਜ ਜਾਂਦਾ। ਮੇਰਾ ਪੁੱਤ ਬੁੱਧਵਾਰ ਦੀ ਇਹਨੇ ਕੁੜੀ ਖੜੀ ਆ, ਮੇਰਾ ਪੁੱਤ ਬੁੱਧਵਾਰ ਵੀ ਆਇਆ ਵੀਰਵਾਰ ਵੀ ਆਇਆ ਵਾ, ਸ਼ੁੱਕਰਵਾਰ ਦੁਪਹਿਰੇ 1 ਵਜੇ ਖਾਣਾ ਲੈ ਕੇ ਗਿਆ ਵਾ। ਮੇਰੇ ਪੁੱਤ ਨੂੰ ਇਹਨਾਂ 7 ਵਜੇ ਦੁਕਾਨ ਤੋਂ ਚੁੱਕ ਲਿਆ ਮਤੀ ਨੇ। ਸਰ ਜੀ ਮੇਰਾ ਬੇਟਾ ਸੀ ਉਹ ਕੰਮ ਕਰਦਾ ਸੀ ਆਪਣੇ ਇੱਥੇ ਸਤਿਗੁਰ ਦੁਕਾਨ 'ਤੇ, ਅਤੇ ਮੇਰੇ ਭਰਾ ਦਾ ਲੜਕਾ ਵਾ ਅਤੇ ਉਹ ਉਹਨਾਂ ਦੀ ਭੈਣ ਨੂੰ ਲੈ ਗਿਆ ਸੀ, ਉਹਨਾਂ ਦੇ ਨਾਲ ਹੀ ਕੰਮ ਕਰਦਾ ਸੀ, ਠੀਕ ਹੈ ਜੀ, ਉਹਨੂੰ ਲੈ ਗਿਆ। ਅਤੇ ਉਸ ਤੋਂ ਬਾਅਦ 'ਚ ਮੇਰਾ ਬੇਟਾ ਉੱਥੇ ਕੰਮ ਕਰਦਾ ਅਤੇ ਉਹਨਾਂ 16 ਤਰੀਕ ਨੂੰ ਮੇਰੇ ਬੇਟੇ ਨੂੰ ਦੁਕਾਨ ਤੋਂ ਲੈ ਗਏ ਆ, ਲੈ ਗਏ ਅਤੇ ਹੁਣ ਇਹ ਨਹੀਂ ਜੇ ਪਤਾ ਕਿੱਥੇ ਲੈ ਗਏ ਕਿੱਥੇ ਨਹੀਂ। ਅਤੇ ਅੱਜ ਉਹਦੀ ਡੈੱਡ ਬੋਡੀ ਸਾਨੂੰ ਮਿਲੀ ਆ, ਠੀਕ ਹੈ ਜੀ, ਅਤੇ ਹਾਂਜੀ ਉਹ ਹੁਣ ਅੱਜ ਪੁਲਿਸ ਥਾਣੇ ਆਏ ਆ ਲੈ ਕੇ। ਮੇਰੇ ਵੱਡੇ ਭਰਾ ਨੇ ਖੜੀ ਉਹਨਾਂ ਦੀ ਭੈਣ ਭਜਾ ਕੇ ਅਤੇ ਮੈਨੂੰ ਲੈ ਗਏ ਚੰਡੀਗੜ੍ਹ, ਚੰਡੀਗੜ੍ਹੋਂ ਮੁੜ ਕੇ ਸਰਹੰਦ ਖੜਿਆ ਆ, ਅਤੇ ਸਰਹੰਦੋਂ ਮੈਨੂੰ ਮੇਰੇ ਛੋਟੇ ਭਰਾ ਦਾ ਫੋਨ ਆਇਆ ਆ ਵੀ ਇਹ ਕਾਸ਼ ਨਹੀਂ ਘਰੇ ਆਇਆ। ਮੈਂ ਉਹਨਾਂ ਨੂੰ ਕਿਹਾ ਵੀ ਥਾਣੇ ਰਿਪੋਰਟ ਲਿਖਾਓ, ਮੈਂ ਲਿਖਾਤੀ ਆ। 16 ਤਰੀਕ ਦਾ ਮੇਰੇ ਭਰਾ ਨੂੰ ਖੜਿਆ ਆ ਕਾਸ਼ ਨੂੰ, ਅਤੇ ਉਹ ਹਾਲੇ ਤੀਕ ਲੱਭਾ ਨਹੀਂ ਆ, ਅਤੇ ਅੱਜ ਉਹਨਾਂ ਦੀ ਡੈੱਡ ਬੋਡੀ ਲੱਭੀ ਆ। ਅਤੇ ਕੈਮਰਿਆਂ ਗਾੜੀ ਆਇਆ ਇੱਕ ਅਮਤੀ ਨੇ ਜਿਹਨੇ ਭਾਗ ਲਿਆਂਦਾ ਉਹਨੂੰ ਦੁਕਾਨ ਤੋਂ ਪਈ, ਅਤੇ ਗੱਡੀ 'ਚ ਦਾਤਰ ਵੀ ਰੱਖਣ ਦੇ ਸੀ, ਇੱਕ ਦਾ ਨਾਂ ਹੈਗਾ ਨਿਸ਼ਾਨ, ਇੱਕ ਦਾ ਨਾਂ ਹੈਗਾ ਭਾਪਾ ਗੁੱਡਾ, ਇੱਕ ਦਾ ਨਾਂ ਹੈਗਾ ਬੁੰਬਰਾ ਜੇ, ਇੱਕ ਦਾ ਨਾਂ ਟੱਕਰ ਜੇ।
होशियारपुर की टांडा पुलिस ने गांव रड़ा के नज़दीक से एक व्यक्ति को काबू करने में सफलता हासिल की है, जिसके पास से 1.5 किलो फेम भी बरामद की गई। इस संबंध में जानकारी देते हुए DSP टांडा उड़मुड़ हरजीत सिंह रंधावा ने बताया कि बस्ती बोहड़ा चौकी इंचार्ज ASI राजविंदर सिंह की टीम द्वारा उक्त आरोपी को काबू किया गया है, जिसकी पहचान अजय मौर्या निवासी पाल कॉलोनी बरेली उत्तर प्रदेश के रूप में हुई है। फिलहाल पुलिस ने आरोपी पर मामला दर्ज कर आगे की कार्रवाई शुरू कर दी है। हलचल के लिए पंकज शर्मा की रिपोर्ट। अपने ASI राजवीर सिंह ने नाके दौरान एक व्यक्ति जो पैदल तुरिया आंदा चैक किया, तो जिसके कोलों 1.5 किलो अफीम बरामद हुई, जिन्हें अपना नाम अजय मौर्या पुत्र निरंजन लाल वासी हाउस नंबर 266 पाल कलोनी तहसील गेट करम खान थाना अलरोवा जिला बरेली UP दसिया, जिन्हों मौके पर इस अफीम के काबू करके ये खिलाफ मुकदमा नंबर 39 दर्ज किया गया। दौरान ने पुछगिछ इन्हें मनिया कि मैं पहला भी इतने 2-4 वारी अफीम एरिए देख गया, जिहड़े बंदे नूं अफीम देख गया उन्होंने बारे भी अहीं पुछगिछ ढूंढाई ना कर रहे हैं। नशे के खिलाफ अभियान जारी रखते हुए पुलिस कमिश्नर स्वपन शर्मा के नेतृत्व में जालंधर कमिश्नरेट पुलिस ने 2 नशा तस्करों को 120 ग्राम हेरोइन के साथ गिरफ्तार किया है। इस संबंध में जानकारी देते हुए ACP क्राइम परमजीत सिंह ने बताया कि नशीले पदार्थों की तस्करी के जघन्य अपराध में शामिल अपराधियों को पकड़ने के लिए पुलिस ने सतर्कता बढ़ा दी है। उन्होंने बताया कि इस अभियान के तहत पुलिस द्वारा वेरका मिल्क प्लांट सर्विस रोड पर चेकिंग की जा रही थी। ACP ने बताया कि चेकिंग के दौरान पुलिस पार्टी को करतारपुर की तरफ से एक व्यक्ति पैदल आता हुआ दिखाई दिया। पुलिस को देखकर वह शख्स अचानक पीछे मुड़ा और एक छोटी पॉलिथीन फेंक दी। पुलिस द्वारा पॉलिथीन की जाँच करने पर 70 ग्राम हेरोइन बरामद की गई। उन्होंने बताया कि पुलिस ने तुरंत कार्रवाई करते हुए उक्त व्यक्ति को गिरफ्तार कर लिया, जिसकी पहचान मनदीप सिंह उर्फ राजू पुत्र जरनैल सिंह निवासी गली नंबर 1 गांव चक जिंदा जालंधर के रूप में हुई। आरोपी के खिलाफ NDPS एक्ट के तहत मामला दर्ज किया गया है। जांच के दौरान इस मामले में एक अन्य आरोपी हरदीप सिंह उर्फ पैरी निवासी 155 न्यू अरोड़ा कॉलोनी गांव मिठापुर जालंधर का नाम सामने आया है, जिसे भी उसी दिन 50 ग्राम हेरोइन के साथ गिरफ्तार किया गया था। स्वपन शर्मा ने कहा कि मनदीप सिंह का कोई आपराधिक इतिहास नहीं है, जबकि हरदीप सिंह के खिलाफ तरन तारण में NDPS एक्ट की धाराओं के तहत पहले ही 2 FIR दर्ज की जा चुकी हैं। जालंधर से पंकज शर्मा की रिपोर्ट। ड्रग पकड़ी जा रही है, इस तो पहले भी काफ़ी ड्रग फड़ी है, अफीम पॉपी अस्क हैरन वगैरह, हूँ वो तहत चलद स्पैशल सैल के इंचार्ज इन्होंने डिवीजन एकर एरिए नाकाबंदी की हुई सी, जिथे इन्होंने 2 दोषी काबू किए, मनदीप सिंह हरदीप सिंह, जिन्हों के को 120 ग्राम हैरोन जी रिकवर की, जिसके तहत मुकदमा नंबर 28 डिवीजन नंबर 1 के दर्ज किया NDPS के तहत, जिन्हों तो होर भी पुछगिछ की जा रही है। सर इन्होंने पहले भी मामला दर्ज है जी? हाँ जस, इन जो हरदीप सिंह है वो खिलाफ 2 मुकदमे पहले ड्रग के दर्ज है NDPS। सर ये की काम करते हैं? ये बिल्कुल फ्री है, ड्रग पीते भी है। फिरोजपुर में दिन ब दिन लूट की वारदातों के चलते फिरोजपुर निवासियों के दिलों में दहशत का माहौल है। आए दिन चोरी और लूटपाट की वारदातों से लोगों का जीना मुहाल हुआ पड़ा है। बीती रात फिरोजपुर छावनी के आजाद चौक पर 2 गुंडे एक किराने की दुकान पर सरेआम गुंडागर्दी करते हुए लूट की वारदात कर फरार हो गए। किराने की दुकान करने वाले अशोक कुमार ने बताया कि जब वह रात को 8:30 बजे दुकान बंद कर रहा था, तो उसकी दुकान पर 2 गुंडे हाथों में तेज हथियार और पिस्तौल लेकर आ गए। सरेआम बाजार में उन्होंने दुकानदार को मारने की धमकी देते हुए दुकान से सामान लूट कर ले गए। लूट के शिकार हुए दुकानदार अशोक कुमार ने बताया कि पुलिस को रिपोर्ट की गई है। दुकानदार ने कहा कि आए रोज ये लुटेरे कोई ना कोई दुकान को अपना निशाना बनाते हैं, मगर पुलिस प्रशासन कुछ नहीं कर रहा। इसी के रोष में फिरोजपुर छावनी के सभी दुकानदारों ने फिरोजपुर छावनी के लाइटों वाले चौक पर धरना प्रदर्शन किया, जिससे आने जाने वालों को बहुत परेशानी का सामना करना पड़ा। अशोक कुमार ने कहा कि जब तक उन लोगों को गिरफ्तार कर उन्हें सजा नहीं दी जाएगी, तब तक ये धरना नहीं उठाया जाएगा। तो वहीं मौके पर पहुंची पुलिस के SPD रणधीर कुमार ने बताया कि उन्होंने लुटेरों को ट्रेस कर लिया है और उन्हें जल्दी ही गिरफ्तार कर लिया जाएगा और उन पर सख्त कार्रवाई की जाएगी। फिरोजपुर से हलचल के लिए मंजीत सिंह की रिपोर्ट।
ਮਰਗ ਬਣ ਗਿਆ ਸਾਡੇ ਫਿਰੋਜ਼ਪੁਰ ਦਾ ਕੈਂਟ ਦਾ ਜਾਂ ਚੌਂਕ ਦਾ ਕੁਛ ਸਮਾਜਿਕ ਤੱਤਵ ਹੈਗੇ ਅਤੇ ਕੋਈ ਉਮਰ ਵੀ ਉਹਨਾਂ ਦੀ ਜ਼ਿਆਦਾ ਨਹੀਂ ਹੈ ਅਤੇ ਅੱਜ ਦੀ ਗੱਲ ਹੈ ਕਿ ਸ਼ਾਮੀ 8 ਵਜੇ ਮੈਂ ਆਪਣੀ ਦੁਕਾਨ ਵਧਾ ਰਿਹਾ ਸੀ ਅਤੇ ਦੋ ਮੁੰਡੇ ਆਏ ਉਹਨਾਂ ਨੇ ਕਿਹਾ ਰੁੱਕ ਰੁੱਕ ਦੁਕਾਨ ਬੰਦ ਨਾ ਕਰੀ ਮੈਂ ਕਿਹਾ ਜੀ ਮੈਂ ਦੁਕਾਨ ਬੰਦ ਕਰਨ ਦਾ ਟਾਈਮ ਹੋ ਗਿਆ ਕਹਿੰਦਾ ਰੁੱਕ ਜਾ ਤੈਨੂੰ ਸੁਣਿਆ ਨਹੀਂ ਦੁਕਾਨ ਬੰਦ ਨਾ ਕਰੀ ਪਿਸਟਲ ਕੱਢਾ ਮੈਂ ਹੁਣੇ ਅਤੇ ਸਮਾਨ ਕੱਢ ਕੇ ਤਾਂ ਜੋ ਮੈਂ ਬੋਲੀ ਜਾ ਰਿਹਾ ਇਹ ਵੀ ਸਮਾਨ ਕੱਢ ਕਾਜੂ ਕੱਢ ਬਦਾਮ ਕੱਢ ਨਹੀਂ ਤਾਂ ਤੇਰੇ ਪਿਸਟਲ ਮਾਰ ਦਾਂਗਾ ਜੇਲ੍ਹ 'ਚ ਸਮਾਨ ਜਾਣਾ ਹੁਣ ਇਹ ਪਿਸਟਲ ਕੱਢਾਂਗੇ ਤੇ ਸਮਾਨ ਕੱਢ ਰਿਹਾ ਇੰਨੀ ਗੱਲ ਕਹਿੰਦੇ ਉਹਨੇ ਮੇਰੀ ਦੁਕਾਨ ਤੋਂ ਜ਼ਬਰਦਸਤੀ ਸਮਾਨ ਕਢਾਇਆ ਜੀ ਸਮਾਨ ਕਢਾ ਕੇ ਤੇ ਮੈਨੂੰ ਕਹਿ ਕੇ ਗਏ ਜੇਕਰ ਤੂੰ ਕਿਸੇ ਥਾਣੇ 'ਚ ਕਿਸੇ ਪੁਲਿਸ ਵਾਲੇ ਨੂੰ ਫੋਨ ਕੀਤਾ ਜਾਂ ਇਤਲਾਹ ਦਿੱਤੀ ਜਾਂ ਸੂਚਨਾ ਦਿੱਤੀ ਤਾਂ ਤੇਰੀ ਦੁਕਾਨ ਦਾ ਸਵੇਰੇ ਆਖਰੀ ਦਿਨ ਹੋਊਗਾ ਅਗਰ ਤੂੰ ਦੁਕਾਨ ਸਵੇਰੇ ਤੇਰੀ ਦੁਕਾਨ ਖੁੱਲ੍ਹੀ ਨਹੀਂ ਸ਼ਾਮ ਕੀ ਗਈ ਹੈ ਕਿ ਅੱਜ ਸ਼ਾਮ ਕੋਈ ਵਾਕਿਆ ਹੋਇਆ ਹੈ ਲੁੱਟ ਖੋ ਕਾ ਅੱਜ ਡੀ ਸੀ ਸਾਹਿਬ ਨੇ ਵੀ 11 ਵਜੇ ਵਪਾਰ ਮੰਡਲ ਕੀ ਮੀਟਿੰਗ ਬੁਲਾਈ ਥੀ ਉਸਮੇ ਯੇ ਮੁੱਦਾ ਬਹੁਤ ਜ਼ੋਰ ਸ਼ੋਰ ਸੇ ਹਮਨੇ ਉਠਾਇਆ ਡੀ ਸੀ ਸਾਹਿਬ ਨੇ ਆਸ਼ਵਾਸਨ ਦਿਆ ਕਿ ਅਬ ਯੇ ਵਾਕਿਆ ਨਹੀਂ ਹੋਂਗੇ ਹਮਾਰੇ ਐੱਮ ਐੱਲ ਏ ਬੁੱਲਰ ਸਾਹਿਬ ਵੀ ਵਹਾਂ ਹਾਜ਼ਰ ਥੇ ਐੱਸ ਐੱਸ ਪੀ ਮੈਡਮ ਉਸ ਸਮੇਂ ਨਹੀਂ ਆ ਸਕੀ ਤੋ ਉਹਨੇ ਹਮੇ ਬੋਲਾ ਕਿ ਆਪ ਐੱਸ ਐੱਸ ਪੀ ਮੈਡਮ ਸੇ ਮਿਲ ਲਓ ਐੱਸ ਐੱਸ ਪੀ ਮੈਡਮ ਨੇ ਹਮੇ ਆਸ਼ਵਾਸਨ ਦੇ ਕੇ ਯੇ ਭੇਜਾ ਕਿ ਆਜ ਕੇ ਬਾਅਦ ਅਗਰ ਕੋਈ ਯੇ ਵਾਕਿਆ ਹੋਗਾ ਤੋ ਮੈਂ ਉਸ ਬੰਦੇ ਕੋ ਛੋੜੂੰਗੀ ਨਹੀਂ ਆਹ ਜਿਹੜਾ ਮਸਲਾ ਹੈਗਾ ਸਾਡੀ ਟੀਮ ਬਣ ਗਈ ਹੈ ਹੁਣ ਟੀਮਾਂ ਬਣਾ ਕੇ ਹੁਣ ਰੇਡ ਕਰ ਰਹੇ ਹਾਂ ਅਸੀਂ ਹੋਪੂਲਾ ਅਸੀਂ ਮੋਰਨਿੰਗ ਮੋਰਨਿੰਗ ਤਾਂ ਬੰਦਾ ਫੜ ਲਾਂਗੇ ਠੀਕ ਹੈ ਜੀ ਨਾਲ ਦੇ ਨਾਲ ਮੈਂ ਆਹ ਵੀ ਆਸ਼ਵਾਸਨ ਦਿੰਦਾ ਕਿ ਜਿਹੜਾ ਹੈਗਾ ਪੈਟਰੋਲਿੰਗ ਪੜਾਈ ਜਾ ਰਹੀ ਹੈ ਸਰ ਇਹਨਾਂ ਵੱਲੋਂ ਜਿਹੜਾ ਰੋਡ ਜਾਮ ਕਰ ਦਿੱਤਾ ਗਿਆ ਸਰ ਫਿਰ ਵੀ ਜਿਹੜਾ ਖੋਲ੍ਹਣ ਦੀ ਅੱਜ ਤੱਕ ਕੋਈ ਗੱਲਬਾਤ ਨਹੀਂ ਕੀਤੀ ਨਹੀਂ ਨਹੀਂ ਇਹਨੂੰ ਅਸੀਂ ਗੱਲਬਾਤ ਕੀਤਾ ਹੈਗਾ ਗੱਲਬਾਤ ਕਰਕੇ ਰੋਡ ਜਿਹੜੀ ਹੈ ਉਹ ਖੁੱਲ੍ਹ ਗਈ ਹੈਗੀ ਅਤੇ ਜਿਹੜਾ ਬੰਦਾ ਹੈਗਾ ਉਹ ਪਹਿਲਾਂ ਵੀ ਪਰਚੇ ਨੂੰ ਨੋਮੀਨੇਟ ਸੀਗਾ ਹੁਣ ਬਾਹਰ ਆਇਆ ਹੈਗਾ 5-10 ਦਿਨ ਪਹਿਲਾਂ ਉਹਨੂੰ ਦੁਬਾਰਾ ਫੜ ਕੇ ਪਰਚਾ ਦੇ ਰਿਹਾ ਸੀ ਪਰਚਾ ਦੇ ਕੇ ਉਹਨੂੰ ਹੀ ਫੜ ਲਾਂਗਾ ਜੀਰਾ ਖੇਤਰ ਸੇ ਪੂਰਵ ਕਾਂਗਰਸੀ ਵਿਧਾਇਕ ਕੁਲਦੀਪ ਜੀਰਾ ਨੇ ਜੀਰਾ ਕੇ ਫਿਰੋਜ਼ਪੁਰ ਰੋਡ ਪਰ ਸਥਿਤ ਲੜਕੀਓ ਕੇ ਜੀਵਨਮਲ ਸਰਕਾਰੀ ਹਾਈ ਸਕੂਲ ਮੇ ਬਨੇ ਖੇਲ ਸਟੇਡੀਅਮ ਮੇ ਫਲੱਡ ਲਾਈਟੇ ਲਗਾਨੇ ਕੇ ਲੀਏ ਸਕੂਲ ਕੇ ਪ੍ਰਿੰਸੀਪਲ ਕੋ 2.5 ਲੱਖ ਰੁਪਏ ਕੀ ਗ੍ਰਾਂਟ ਕਾ ਚੈੱਕ ਦਿਆ ਤੋ ਵਹੀਂ ਇਸ ਸੰਬੰਧ ਮੇ ਪੱਤਰਕਾਰੋ ਕੋ ਜਾਣਕਾਰੀ ਦੇਤੇ ਹੋਏ ਕੁਲਬੀਰ ਜੀਰਾ ਨੇ ਕਿਹਾ ਕਿ ਕੁਛ ਦਿਨ ਪਹਿਲੇ ਇਸ ਸਟੇਡੀਅਮ ਮੇ ਕ੍ਰਿਕਟ ਟੂਰਨਾਮੈਂਟ ਆਯੋਜਿਤ ਕੀਆ ਗਿਆ ਥਾ ਜਿਸ ਮੇ ਵੀ ਮੁੱਖ ਅਤਿਥੀ ਕੇ ਰੂਪ ਮੇ ਸ਼ਾਮਿਲ ਹੋਏ ਥੇ ਉਨ੍ਹੋਨੇ ਕਿਹਾ ਕਿ ਉਸ ਸਮੇਂ ਖਿਲਾੜੀਓ ਕੀ ਔਰ ਸੇ ਉਨਸੇ ਯਹੀ ਮੰਗ ਕੀ ਗਈ ਥੀ ਕਿ ਸਟੇਡੀਅਮ ਮੇ ਫਲੱਡ ਲਾਈਟੇ ਨਾ ਹੋਣੇ ਕੇ ਕਾਰਨ ਉਹਨੇ ਰਾਤ ਕੇ ਸਮੇਂ ਖੇਲਨੇ ਮੇ ਮੁਸ਼ਕਿਲ ਆਤੀ ਹੈ ਵੀ ਉਨ੍ਹੋਨੇ ਕਿਹਾ ਕਿ ਤਬ ਉਨ੍ਹੋਨੇ ਉਨ ਖਿਲਾੜੀਓ ਕੇ ਸਾਥ ਵਾਅਦਾ ਕੀਆ ਥਾ ਕਿ ਵੇ ਜਲਦ ਹੀ ਐੱਮ ਪੀ ਫੰਡ ਮੇ ਸੇ ਫਲੱਡ ਲਾਈਟੋ ਕੇ ਲੀਏ ਗ੍ਰਾਂਟ ਜਾਰੀ ਕਰਵਾਏਂਗੇ ਔਰ ਇਸੀ ਕੇ ਤਹਿਤ ਉਨ੍ਹੋਨੇ 2.5 ਲੱਖ ਰੁਪਏ ਕੀ ਗ੍ਰਾਂਟ ਕਾ ਚੈੱਕ ਸਕੂਲ ਕੇ ਪ੍ਰਿੰਸੀਪਲ ਕੋ ਸੌਂਪਾ ਜੀਰਾ ਸੇ ਹਲਚਲ ਕੇ ਲੀਏ ਸਤੀਸ਼ ਵਿੱਚ ਕੀ ਰਿਪੋਰਟ ਇਹ 11 ਤਰੀਕ ਤੱਕ ਇੱਕ ਸਚਦੇਵਾ ਪਰਿਵਾਰ ਵੱਲੋਂ ਮਾਤਾ ਦੀ ਯਾਦ ਦੇ ਵਿੱਚ ਮਾਤਾ ਆਸ਼ਾ ਰਾਣੀ ਦੀ ਯਾਦ ਦੇ ਵਿੱਚ ਜਿਹੜਾ ਕਿ ਇੱਕ ਟੂਰਨਾਮੈਂਟ ਕਰਵਾਇਆ ਗਿਆ ਸੀਗਾ ਜਿਸ ਦੇ ਵਿੱਚ ਸਕੂਲ ਵਾਲਿਆਂ ਦੀ ਔਰ ਜਿਹੜੇ ਸਾਡੇ ਕ੍ਰਿਕਟ ਦੀ ਜਿਹੜੀ ਟੀਮ ਆ ਜੀਰੇ ਦੀ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਆਪਦਾ ਨਾਮ ਕਮਾਇਆ 47 ਔਰ ਇਹ ਹਮੇਸ਼ਾ ਹਰ ਸਾਲ ਹੀ ਟੂਰਨਾਮੈਂਟ ਇੱਥੇ ਸਟੇਡੀਅਮ 'ਚ ਕਰਾਉਂਦੇ ਆ ਵੱਖ ਵੱਖ ਪਿੰਡਾਂ 'ਚ ਕਰਾਉਂਦੇ ਆ ਜਿਨ੍ਹਾਂ ਨੇ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣ ਲਈ ਜਿਹੜਾ ਕਿਉਂਕਿ ਨਸ਼ੇ ਤੋਂ ਜੇ ਬਚਣਾ ਹੈ ਤਾਂ ਸਾਨੂੰ ਆਪਦੇ ਬੱਚਿਆਂ ਨੂੰ ਜਿਹੜਾ ਉਹ ਖੇਡਾਂ ਦੇ ਅੱਲ ਲੈ ਕੇ ਜਾਣਾ ਪਊਗਾ ਔਰ ਇਹ ਜਿਹੜੀ ਟੀਮ ਆ ਸਾਰੀ ਦੀ ਸਾਰੀ ਸਮੁੱਚਾ ਕਲੱਬ ਜਿਹੜਾ ਇਹ ਵਧੀਆ ਕੰਮ ਕਰ ਰਿਹਾ ਔਰ ਸਚਦੇਵਾ ਪਰਿਵਾਰ ਨੇ ਉਸ ਦਿਨ ਜੋ ਟੂਰਨਾਮੈਂਟ ਮਾਤਾ ਜੀ ਦੀ ਯਾਦ 'ਚ ਕਰਾਇਆ ਤਾਂ ਉਸ ਦਿਨ ਇਹਨਾਂ ਨੇ ਇੱਥੇ ਮੈਨੂੰ ਮੁੱਖ ਮਹਿਮਾਨ ਦੇ ਤੌਰ 'ਤੇ ਸੱਦਿਆ ਸੀ ਔਰ ਇਹਨਾਂ ਦੀ ਇੱਕ ਮੰਗ ਸੀਗੀ ਕਿ ਇੱਥੇ ਲਾਈਟਾਂ ਦੀ ਸਾਨੂੰ ਬਹੁਤ ਪ੍ਰੋਬਲਮ ਆ ਜਦੋਂ ਰਾਤ ਨੂੰ ਟੂਰਨਾਮੈਂਟ ਹੁੰਦੇ ਆ ਮੈਚ ਚੱਲਦੇ ਆ ਤਾਂ ਸਭ ਤੋਂ ਵੱਡੀ ਦਿੱਕਤ ਸਾਨੂੰ ਲਾਈਟ ਦੀ ਆਉਂਦੀ ਹੈ ਇੱਥੇ ਫਲੱਡ ਲਾਈਟਾਂ ਨਹੀਂ ਹੈਗੀਆਂ ਗੀਆਂ ਔਰ ਉਹ ਫਲੱਡ ਲਾਈਟਾਂ ਲਈ ਮੈਂ 2.5 ਲੱਖ ਰੁਪਈਏ ਦਾ ਐੱਮ ਪੀ ਲੈਂਡ ਫੰਡ ਦੇ ਵਿੱਚੋਂ ਐਲਾਨ ਕਰਕੇ ਗਿਆ ਸੀ ਔਰ ਧੰਨਵਾਦ ਕਰਦਾ ਸਰਦਾਰ ਜਸਵੀਰ ਸਿੰਘ ਡਿੰਪਾ ਸਾਹਿਬ ਦਾ ਕਿ ਜਿਨ੍ਹਾਂ ਨੇ ਉਹ 2.5 ਲੱਖ ਰੁਪਈਆ ਜਿਹੜਾ ਉਹ ਜੀਵਨਮਲ ਸਕੂਲ ਦੇ ਪ੍ਰਿੰਸੀਪਲ ਸਾਹਿਬ ਦੇ ਨਾਂ ਦੇ ਉੱਤੇ ਦੇ ਦਿੱਤਾ ਔਰ ਥੋੜ੍ਹੇ ਦਿਨਾਂ 'ਚ ਜਲਦ ਜਿਹੜੀਆਂ ਲਾਈਟਾਂ ਜਿਹੜੀਆਂ ਨੇ ਉਹ ਲੱਗਣ ਜਾ ਰਹੀਆਂ ਨੇ ਔਰ ਇਸ ਗੱਲ ਦੀ ਮੈਂ ਸਚਦੇਵਾ ਪਰਿਵਾਰ ਨੂੰ ਸਾਡੇ ਕ੍ਰਿਕਟ ਕਲੱਬ ਦੇ ਸਾਰੇ ਸਾਥੀਆਂ ਨੂੰ ਸਿੱਪੂ ਜੀ ਨੂੰ ਔਰ ਸਾਰੇ ਹੀ ਸਕੂਲ ਦੇ ਪ੍ਰਿੰਸੀਪਲ ਕਰਮਜੀਤ ਸਿੰਘ ਨੂੰ ਸਾਰਿਆਂ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਦੇਣਾ ਔਰ ਹੋਰ ਵੀ ਸਮੇਂ-ਸਮੇਂ ਤੇ ਜੋ ਇਹਨਾਂ ਦੀ ਮੰਗ ਹੋਊਗੀ ਉਹ ਜਲਦੀ ਪੂਰੇ ਕਰ ਦੇਣਾ ਸਿਵਲ ਹਸਪਤਾਲ ਮੇ ਓਮ ਆਸ਼ਾ ਚੈਰੀਟੇਬਲ ਟਰਸਟ ਦੁਆਰਾ ਜ਼ਰੂਰਤਮੰਦ ਲੋਕੋ ਕੇ ਲੀਏ ਮੁਫਤ ਭੋਜਨ ਕੀ ਵਿਵਸਥਾ ਕੀ ਗਈ ਹੈ ਚੈਰੀਟੇਬਲ ਟਰਸਟ ਕੇ ਦੁਆਰਾ ਸੋਮਵਾਰ ਸੇ ਲੇਕਰ ਸ਼ਨੀਵਾਰ ਤੱਕ ਜੱਚਾ ਬੱਚਾ ਵਾਰਡ ਕੇ ਸਮੀਪ ਦੁਪਹਿਰ 12:30 ਵਜੇ ਸੇ ਲੋਗੋ ਕੋ ਖਾਣਾ ਉਪਲਬਧ ਕਰਵਾਇਆ ਜਾਏਗਾ ਇਸ ਮੌਕੇ ਪਰ ਲੋਕ ਸਭਾ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਔਰ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਮੁੱਖ ਅਤਿਥੀ ਕੇ ਰੂਪ ਮੇਂ ਸ਼ਾਮਿਲ ਹੋਏ
ट्रस्ट के मालिक सतीश जैन ने गुलदस्ता देकर उनका स्वागत किया। इस संबंधी जानकारी देते हुए आरपी गुप्ता ने बताया कि इस फूड सप्लाई वैन की शुरुआत सतीश जैन की ओर से अपने माता पिता की याद में करवाई गई है। करीब 2 वर्षों से शहर के अलग अलग इलाकों में इस मोबाइल वैन की ओर से जरूरतमंद व गरीब लोगों को भोजन उपलब्ध करवाकर मदद की जा रही है। जालंधर से पंकज शर्मा की रिपोर्ट। ओम आशा चैरिटेबल ट्रस्ट वालों सिविल हस्पताल दे विच जिहड़े जरूरतमंद इत्थे पेशेंट है जां उहनां दे जिहड़े अटेंडेंट है उहनां दे लई डेली दुपहर दा जिहड़ा लंच है उहदा इत्थे प्रबंध है। जिहड़ा एक मोबाइल वैन है जिहड़ी ट्रस्ट द्वारा चलाई गई और मैं बहुत धन्नवादी हाँ जलंधर दे साडे वीर सतीश जैन जी दा जिन्हां दे उपराले सदका उहनां दी फैमिली दे उपराले सदका अज एक बहुत वड्डी जिहड़ी मदद है ਉਹ ਸਿਵਲ ਹੋਸਪਿਟਲ ਜਿਹੜੇ ਲੋੜਵੰਦ ਪਰਿਵਾਰ ਹੈ ਉਹਨਾਂ ਦੀ ਕੀਤੀ ਜਾ ਰਹੀ ਹੈ ਔਰ ਕਰੀਬ 1000 ਦੇ ਲਗਭਗ ਜਿਹੜਾ ਰੋਜ਼ ਜਿਹੜੇ ਪੇਸ਼ੈਂਟ ਹੈ ਜਾਂ ਉਹਨਾਂ ਦੇ ਅਟੈਂਡੈਂਟ ਹੈ ਇੱਥੇ ਆ ਕੇ ਆਪਣਾ ਜਿਹੜਾ ਦੁਪਹਿਰ ਦਾ ਖਾਣਾ ਇੱਥੋਂ ਉਹਨਾਂ ਨੂੰ ਸਰਵ ਕੀਤਾ ਜਾ ਰਿਹਾ। ਸੋ ਮੈਂ ਸਮਝਦਾ ਕਿ ਜਿਹੜੇ ਵੀ ਲੋਕ ਮਾਨਵ ਸੇਵਾ ਦੇ ਲਈ ਆਪਣਾ ਉਪਰਾਲਾ ਕਰਦੇ ਆ ਉਹਨਾਂ ਨੂੰ ਕੁਦਰਤ ਔਰ ਭਗਵਾਨ ਬਹੁਤ ਆਸ਼ੀਰਵਾਦ ਹੈ ਜਿਹੜਾ ਦਿੰਦਾ। ਸਤੀਸ਼ ਜੈਨ ਜੀ ਨੇ ਆਪਣੇ ਮਦਰ ਔਰ ਫਾਦਰ ਦੇ ਯਾਦ ਵਿੱਚ ਇਹ ਸ਼ੁਰੂ ਕੀਤਾ ਹੈ ਔਰ ਮੈਂ ਐਡਮਿਨਿਸਟ੍ਰੇਸ਼ਨ ਦਾ ਡੀ ਜੀ ਸਾਹਿਬ ਦਾ ਸੀ ਪੀ ਸਾਹਿਬ ਦਾ ਸਭ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਇਸ ਨੂੰ ਆ ਕੇ ਸ਼ੁਰੂਆਤ ਕੀਤੀ ਹੈ ਔਰ ਇਸ ਤਰ੍ਹਾਂ ਦੀਆਂ ਵੈਨਸ ਅਸੀਂ 5 ਵੈਨਸ ਚਲਾਵਾਂਗੇ ਜਿੱਥੇ ਜਿਹੜੀਆਂ ਕਿ ਸਿਵਲ ਹੋਸਪਿਟਲਸ ਜਾਂ ਜਿੱਥੇ ਜ਼ਰੂਰਤ ਹੋਏਗੀ ਉੱਥੇ ਇਹ ਵੈਨਸ ਚੱਲਣਗੀਆਂ ਔਰ ਲੋਕਾਂ ਨੂੰ ਸਾਫ਼ ਸੁਥਰਾ ਖਾਣਾ ਦੇਸੀ ਘੀ ਦਾ ਹਵੇਲੀ ਦੇ ਸਟੈਂਡਰਡ ਦਾ ਲੋਕਾਂ ਨੂੰ ਪ੍ਰੋਵਾਈਡ ਕੀਤਾ ਜਾਏਗਾ। ਇਹ ਉਪਰਾਲਾ ਭਗਵਾਨ ਦੀ ਇੱਛਾ ਦੇ ਮੁਤਾਬਕ ਉਸਦੀ ਕਿਰਪਾ ਦੇ ਮੁਤਾਬਕ ਉਸਦੀ ਕਿਰਪਾ ਦੇ ਨਾਲ ਕੀਤਾ ਜਾ ਰਿਹਾ। ਅੱਜ ਜਿੱਦਾਂ ਤੁਸੀਂ ਅੱਜ ਦੇਖਿਆ ਹੀ ਹੈਗਾ ਇਹ ਓਮ ਆਸ਼ਾ ਮੈਮੋਰੀਅਲ ਟਰੱਸਟ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ ਸਿਵਲ ਹਸਪਤਾਲ 'ਚ ਲੰਗਰ ਦਾ ਅੱਜ ਸ਼ੁਰੂਆਤ ਕੀਤੀ ਗਈ ਹੈ। ਇੱਕ ਬਹੁਤ ਹੀ ਵਧੀਆ ਉਪਰਾਲਾ ਇਹਨਾਂ ਵੱਲੋਂ ਕੀਤਾ ਗਿਆ ਹੈ। ਮੈਂ ਇਹਨਾਂ ਦੇ ਤੁਹਾਡੇ ਮਾਧਿਅਮ ਰਾਹੀਂ ਬਾਕੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਇਸ ਤਰੀਕੇ ਨਾਲ ਜੇ ਸਿਵਲ ਸੁਸਾਇਟੀ ਆਪ ਅੱਗੇ ਆ ਕੇ ਲੋਕਾਂ ਦੀ ਸੇਵਾ ਕਰੇਗੀ ਤਾਂ ਕਿਸੇ ਵੀ ਰਿਸੋਰਸ ਦੀ ਕੋਈ ਕਮੀ ਨਹੀਂ ਰਹਿ ਜਾਂਦੀ ਹੈਗੀ। ਬਾਕੀ ਵੀ ਜਿਹੜੇ ਮੈਂਬਰਸ ਹੈਗੇ ਆ ਲੋਕ ਹੈਗੇ ਆ ਜੇ ਇੱਦਾਂ ਹੀ ਬਾਕੀ ਜਨਤਾ ਦੀ ਸੇਵਾ ਕਰਨਗੇ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਲੋਕਾਂ ਨੂੰ ਸਹੂਲਤ ਮਿਲਦੀ ਹੈਗੀ ਹੈ। ਅਸੀਂ ਦੇਖਿਆ ਬੜੇ ਹੀ ਖੁਸ਼ ਮਾਹੌਲ 'ਚ ਲੋਕ ਕਾਫੀ ਖੁਸ਼ ਸੀਗੇ ਐਂਡ ਜਿਹੜਾ ਲੰਗਰ ਹੈਗਾ ਉਹਦੀ ਕੁਆਲਿਟੀ ਵੀ ਕਾਫੀ ਵਧੀਆ ਹੈਗੀ ਹੈ। ਸੋ ਮੈਂ ਇਹਨਾਂ ਦੇ ਇਹਨਾਂ ਨੂੰ ਜੈਨ ਸਾਹਿਬ ਨੂੰ ਹਵੇਲੀ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕ। ਡੇਰਾ ਸੱਚਖੰਡ ਬੱਲਾ ਕੇ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਕੀ ਅਗਵਾਈ ਮੇਂ ਸਿਟੀ ਰੇਲਵੇ ਸਟੇਸ਼ਨ ਸੇ ਵਾਰਾਣਸੀ ਕੇ ਲੀਏ ਵਿਸ਼ੇਸ਼ ਰੇਲਗਾੜੀ ਬੇਗਮਪੁਰਾ ਐਕਸਪ੍ਰੈਸ ਰਵਾਨਾ ਕੀ ਗਈ। ਇਸ ਰੇਲਗਾੜੀ ਮੇਂ 1550 ਸ਼ਰਧਾਲੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਕਾ ਪ੍ਰਕਾਸ਼ ਪਰਵ ਮਨਾਨੇ ਕੇ ਲੀਏ ਉਨਕੀ ਜਨਮ ਸਥਲੀ ਗਏ ਹੈ। ਤੋ ਵਹੀਂ ਇਸ ਦੌਰਾਨ ਬੜੀ ਸੰਖਿਆ ਮੇਂ ਸ਼ਰਧਾਲੂ ਰੇਲਗਾੜੀ ਕੋ ਰਵਾਨਾ ਕਰਨੇ ਕੇ ਲੀਏ ਵੀ ਪਹੁੰਚੇ। ਗੌਰਤਲਬ ਰਹੇ ਕਿ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਕਾ ਪ੍ਰਕਾਸ਼ ਪਰਵ 24 ਫਰਵਰੀ ਕੋ ਮਨਾਇਆ ਜਾ ਰਿਹਾ ਹੈ ਔਰ ਸ਼੍ਰੀ ਗੁਰੂ ਰਵਿਦਾਸ ਜੀ ਕੇ ਜਨਮ ਸਥਾਨ ਪਰ ਇਸ ਪਰਵ ਕੋ ਮਨਾਨੇ ਕੇ ਲੀਏ ਬੜੀ ਸੰਖਿਆ ਮੇਂ ਸ਼ਰਧਾਲੂ ਵਾਰਾਣਸੀ ਜਾਤੇ ਹੈ। ਯੇ ਸਪੈਸ਼ਲ ਟ੍ਰੇਨ 25 ਫਰਵਰੀ ਕੋ ਵਾਪਸ ਵਾਰਾਣਸੀ ਸੇ ਚਲਕਰ 26 ਫਰਵਰੀ ਕੋ ਜਲੰਧਰ ਪਹੁੰਚੇਗੀ। ਇਸ ਮੌਕੇ ਪਰ ਸੰਤ ਨਿਰੰਜਨ ਦਾਸ ਅਸੰਖਿਆ ਸ਼ਰਧਾਲੂਓ ਸਹਿਤ ਸ਼ੋਭਾ ਯਾਤਰਾ ਕੇ ਰੂਪ ਮੇਂ ਸਿਟੀ ਰੇਲਵੇ ਸਟੇਸ਼ਨ ਪਰ ਪਹੁੰਚੇ। ਇਸ ਮੌਕੇ ਪਰ ਕਈ ਰਾਜਨੀਤਿਕ ਨੇਤਾਓਂ ਨੇ ਵੀ ਸੰਤ ਨਿਰੰਜਨ ਦਾਸ ਕਾ ਆਸ਼ੀਰਵਾਦ ਲਿਆ। ਇਸ ਮੌਕੇ ਪਰ ਮੁੱਖ ਤੌਰ ਪਰ ਸਾਂਸਦ ਸੁਸ਼ੀਲ ਰਿੰਕੂ, ਕੈਬਨਿਟ ਮੰਤਰੀ ਬਲਕਾਰ ਸਿੰਘ, ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ, ਵਿਧਾਇਕ ਰਮਨ ਅਰੋੜਾ, ਵਿਧਾਇਕ ਸ਼ੀਤਲ ਅੰਗੁਰਾਲ ਸਹਿਤ ਬੜੀ ਸੰਖਿਆ ਮੇਂ ਨੇਤਾ ਮੌਜੂਦ ਰਹੇ। ਜਲੰਧਰ ਸੇ ਪੰਕਜ ਸ਼ਰਮਾ ਕੀ ਰਿਪੋਰਟ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵਾਂ ਪ੍ਰਕਾਸ਼ ਪਰਵ ਨੂੰ ਮਨਾਉਣ ਵਾਸਤੇ ਅੱਜ ਵਿਸ਼ੇਸ਼ ਟ੍ਰੇਨ ਜਿਹੜੀ ਹੈ ਜਲੰਧਰ ਤੋਂ ਰਵਾਨਾ ਕੀਤੀ ਜਾ ਰਹੀ ਹੈ। ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਦਿੰਦੇ ਹਾਂ, ਸਰਦਾਰ ਬਲਕਾਰ ਸਿੰਘ ਵੀ ਮੌਕੇ 'ਤੇ ਪਹੁੰਚੇ ਹੋਏ ਨੇ ਸ਼ਰਧਾਲੂਆਂ ਨੂੰ। ਬਲਕਾਰ ਜੀ, ਅੱਜ ਵਿਸ਼ੇਸ਼ ਟ੍ਰੇਨ ਜਿਹੜੀ ਹੈ ਜਲੰਧਰ ਤੋਂ ਰਵਾਨਾ ਕੀਤੀ ਜਾ ਗਈ ਹੈ। ਹਾਂਜੀ ਬਿਲਕੁਲ ਜੀ, ਹਰ ਤਰ੍ਹਾਂ ਜਿੱਦਾਂ ਸਾਲ ਤੁਸੀਂ ਹਰ ਸਾਲ ਜਾਂਦੀ ਹੈਗੀ ਹੈ ਗੁਰੂ ਮਹਾਰਾਜ ਦੇ ਵਾਰਾਣਸੀ ਵਾਸਤੇ, ਸੰਤ ਬਾਬਾ ਨਿਰੰਜਨ ਦਾਸ ਜੀ ਵਾਈ ਹੇ ਸਾਰੀ ਜਿਹੜਾ ਪੂਰਾ ਸਮਾਜ ਜਾਂਦਾ ਹੈਗਾ। ਔਰ ਬੜੀ ਖੁਸ਼ੀ ਦੀ ਗੱਲ ਹੈ, ਪ੍ਰਕਾਸ਼ ਮਹਾਰਾਜ ਦਾ ਪ੍ਰਕਾਸ਼ ਉਤਸਵ ਹੈ, ਸਿੱਖ ਅਰਦਾਸ ਵਾਸਤੇ ਸੰਗਤਾਂ ਹੁੰਮ ਹੁਮਾ ਕੇ ਖੁਸ਼ੀ ਦੇ ਵਿੱਚ ਜਾ ਰਹੀਆਂ ਹੈਗੀਆਂ। ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਡੇਰਾ ਸੱਚਖੰਡ ਬੱਲਾਂ ਦੇ
रैबर मुखी संत निरंजन दास जी महाराज उन्हां दी अगवाई दे विच जिहड़ी ट्रेन हर साल जाती है और तुसीं देख सकते हो कि संगत खुशियां दे नाल संगत का जिहड़ा स्वागत करन दे लई उन्हां नूं सी ऑफ करन दे लई इत्थे पहुंची है। सो मैं अपने वालों अपने पार्टी वालों सारी संगत नूं बधाई दिंदा। सतपाल सालों प्रधान श्री गुरुदास वेलफेयर ट्रस्ट स्टेशन नवांशहर पहला सारिया समुचिया संगतों को जय गुरुदेव धन गुरुदेव। बहुत ही खुशी की गल है कि सतगुरु रविदास महाराज जी का 647वां प्रकाश पर्व जोड़ा मना संगत स्पैशल बेगमपुरा एक्सप्रैस ट्रेन के राही सतगुरु स्वामी नरिंदरदास महाराज जी की सरप्रस्ती हेठ उन्हें देख रेख कांशी बनारस विखे ये पुरब जोड़ा मना स्पेशल ट्रेन के राही जा रहे हैं। सो बहुत ही खुशी की गल है कि देश विदेश के बच्चों बख बख इलाकों तो ट्रेनों राही अपने साधन राही जां हवाई जहाजों के राही जिहड़े संगत आ ये सतगुरों का जिहड़ा प्रकाश पुरब मनाउण दे लई बहुत ही उत्साह दे नाल कांशी बनारस विखे ये पहुँच रही ने। श्री गुरु रविदास जी महाराज के प्रकाश पर्व के मद्देनजर जिलाधीश जालंधर विशेष सारंगल की ओर से 23 और 24 फरवरी को मीट और शराब की बिक्री पर पाबंदी लगाई गई है। जिलाधीश की ओर से जारी आदेशों में कहा गया है कि 24 फरवरी को मनाए जाने वाले श्री गुरु रविदास जी के प्रकाश पर्व को लेकर 23 फरवरी को शोभा यात्रा निकाली जा रही है। जालंधर जिले में लॉ एंड ऑर्डर की स्थिति बनाए रखने और लोगों की धार्मिक भावनाओं को ध्यान में रखते हुए जालंधर में शोभा यात्रा के रास्ते और धार्मिक समारोह के स्थानों के नजदीक 23 और 24 फरवरी को मीट और शराब की बिक्री पर पाबंदी लगाई गई है। श्री गुरु रविदास जी महाराज के 647वें प्रकाश उत्सव के उपलक्ष्य में श्री गुरु रविदास मंदिर कटरा मोहल्ला बस्ती दानिशमंदा जालंधर में से 9 फरवरी से 22 फरवरी तक प्रभात फेरियां निकाली जा रही हैं। इसी श्रृंखला में 14वीं प्रभात फेरी मंदिर प्रांगण से निकाली गई, जिसका शुभारंभ रतन ब्रदर्स के मालिक एवं मंदिर प्रबंधक कमेटी के प्रधान मदन लाल खिंदर के सुपुत्र विशाल खिंदर और अनुराग खिंदर ने विशेष रूप से उपस्थित होकर दीप प्रज्वलित कर किया। ये प्रभात फेरी इलाके की परिक्रमा करते हुए बस्ती दानिशमंदा स्थित रिंकू खिंदर के निवास स्थान पर जाकर संपन्न हुई, जहां पर पारिवारिक सदस्यों ने पुष्प वर्षा कर इस प्रभात फेरी का भव्य स्वागत किया। तो वहीं प्रभात फेरी में शामिल सभी भक्तों के लिए प्रसाद रूपी भव्य भंडारे का आयोजन भी किया गया। इस मौके पर सचिव सतपाल पाला, ओम प्रकाश लोच, वाइस चेयरमैन स्वर्ण यादव, महेश अंगुराल, अमरनाथ कुलदीप, लकी घई, कैशियर बलबीर लोच, विजय पाठी, सौरभ वसन, चमन पाठी, गुरदयाल पाठी, अजय डालिया, चरणदास कलसी, पवन कुमार, रूबी, जंग बहादुर, जैकी, कमल डालिया, लकी, स्त्री सत्संग सभा की प्रधान दयावंती, सचिव कृष्णा देवी, संतोष, रमा, जसबीर, उषा लोच, शोभा मीनिया, अरुणा लोच, राज रानी, विमला, बिष्णु, कुसुम, रानी लोच, कांता, बॉबी सहित असंख्य भक्तजन भी मौजूद रही। जालंधर से हलचल के लिए कैमरामैन सुरेंद्र बाबा की रिपोर्ट। जिसकी अध्यक्षता साढ़े गुरु घर के प्रधान मान जो
और पूरे नगर की परिक्रमा करके आज की परिवार फेरी बहुत ही सत्कार योग आदमी स्वर्गीय श्री सतपाल सिंदर जी और उन्होंने बेटा रिंकू सिंदर जी उन्होंने फैक्ट्री परिवार फिर ने पाए हैं क्योंकि खिंदर परिवार गुरु घर का सेवादार परिवार है। सारे असी सारे जानते हाँ हर रोज़ गुरु घर के परिवार हाजिरी लगवाता है। सो अब जिन्होंने सारी संगत के चरण है जो अपनी फैक्ट्री विखे पाए हैं और गुरु जी के नाँ के उत्ते अटुट लंगर भी वरताया गया है। कड़ा प्रसाद पूड़ियाँ चने चाह का लंगर जन की बहुत सारी सेवा आज संगत ने की है। सो 1100 दमड़ा होर सेवा कराई है, अरदासा बहुत सारिया कराई हैं। सो मैं अज सतगुरु रविदास महाराज जी के प्रकाश उत्सव के संबंध में खिंदर परिवार को खास तौर पर साढ़े साहब जाते रिंकू खिंदर जी उन्होंने बच्चे उन्होंने मिश्री सारा ही परिवार मैं उन्होंने लख लख सेवा वालों बधाई दिना लख लख बधाई दिना। तो सतगुरु रविदास महाराज चरणों से अरदास बेनती करना सच्चे पातशाह जी इस खिंदर परिवार ने हमेशा चढ़ती कला च रखना ताकि इस तरह महाराज जी परिवार आपके चरणों के नाल जुड़ता रहे और अपना जीवन जोड़ा है सफल करे। सारे जय गुरुदेव जय गुरु रविदास। मेरे साथ बड़ा खुशी का दिन है कि 24 फरवरी जो गुरु महाराज जी का गुरपुरब आया है उसके पक्ष से जो परिवार के नौ को लैके बाई गए सन अज नाथ परिवार जी है और नाथ के परिवार जी है साढ़े बेटा रिंकू खिंदर जो कि गुरु घर का बड़ा अंतर सेवादार है इन्हें पिता सतपाल जी रोजाना ही गुरु दरबार के करके 24 का जो है 24 द्वारा गुरु महाराज जी 24 जोड़ते सन कहना मतलब कि सारा जो परिवार है बचपन तो ही गुरु दरबार के नाल जुड़ा है हूँ तक परिवार जो है सेवा करता आ रहा है और उन्होंने अज अपने ग्रह के अपनी फैक्ट्री के संगत के चल पाए हैं और बहुत ज़्यादा उन्होंने सेवा की है। इस मौके पर उन्होंने 1100 दमड़े और गुरु घर की अरदास कराई है। गुरु महाराज जिन्हें खजाने तो माया आई है खजाने को दूर करना खिंदर के सारे परिवार से मेहर पर्याप्त सतना चढ़ती कला बख्शा जी और तो फिर अपने द्वारा दसना चाहते हैं कि कल शोभा यात्रा है 10 बजे ठीक शोभा यात्रा चलेगी और परसों अपना 24 तरीक में गुरु महाराज जी का जो गुरपुरब है 24 और 25 तरीक में मनाया जाएगा। सारी संगतों को बेनती है कि कल शोभा यात्रा पहुँचना है और 24 और 25 तरीक में गुरु रविदास मंदिर कटा माला पहुँच के अपना गुरु महाराज का गुरपुरब मनाना है। सबू जय गुरुदेव जय गुरु रविदास। अखिल भारतीय दुर्गा सेना संगठन की ओर से साप्ताहिक मां बंगलामुखी हवन यज्ञ का आयोजन प्राचीन शिव मंदिर दमोरिया पुल में श्री श्री 108 महाराज स्वामी सिकंदर जी की अध्यक्षता में किया गया, जिसमें आचार्य पंडित चक्रदेव जोशी ने वैदिक मंत्रों का उच्चारण कर सभी देवी देवताओं का आवाहन कर अग्नि प्रज्वलित कर हवन का शुभारंभ किया। माँ बंगलामुखी हवन यज्ञ में मुख्य यजमानों के रूप में उपस्थित हुए भक्तों ने हवन में आहुतियां देकर पूज्य स्वामी जी का आशीर्वाद लिया। इस अवसर पर गुरु माता नीरज रतन सिकंदर जी, देवेश्रम सिकंदर, अश्विनी कुमार यादव, अमित गुप्ता, कमल मल्होत्रा, आयुष यादव, अंकुर मल्होत्रा, डॉक्टर मुकेश अरोड़ा, डॉक्टर मुकेश यादव, उषा देवी, मीना शर्मा, ललिता, नीलम रानी सहित असंख्य भक्त मौजूद रहे। जालंधर से हलचल के लिए कैमरामैन संदीप शर्मा की रिपोर्ट। आप सबको माँ भगवती का जो सानिध्य प्राप्त हुआ आप बड़भागी हैं कि अपने कीमती समय में अपने आराध्य के लिए आप समय निकालते हैं और समय निकालकर आपने जो भी मनोकामना है वो माँ भगवती के इस पावन चरणों में अर्पित करते हैं। तो आज का ये विशेष जो महायज्ञ है ये मेरे बहुत ही अजीज अनंत परिवार के लिए मैं आज यहाँ उन पर विशेष कृपा प्राप्त हूँ, उनके लिए आज विशेष पूर्ण होती होगी और इंग्लैंड में बैठे हुए वो इस जो महायज्ञ को देख रहे हैं। मैं उनका आभारी हूँ कि उन्होंने माँ भगवती का इस यज्ञ में अपनी पूर्ण होति के लिए उन्होंने अपना अनुदान किया और श्रम दान किया।
सरदारनी गुरमीत कौर घुम्मन जो कि अपनी सांसारिक यात्रा पूर्ण कर प्रभु चरणों में विलीन हो गई हैं, उनकी आत्मिक शांति हेतु रस्म पगड़ी एवं अंतिम अरदास गुरु द्वारा श्री गुरु सिंह सभा मॉडल टाउन जालंधर में की गई। इस मौके पर श्री दरबार साहिब के हजूरी रागी जत्थे भाई जसवंत सिंह ने वैराग में कीर्तन कर स्वर्गीय सरदारनी गुरमीत कौर घुम्मन की आत्मिक शांति हेतु अरदास की। इस मौके पर दैनिक सवेरा के मुख्य संपादक शीतल विच, सांसद सुशील रिंकू, पूर्व विधायक राजेंद्र बेरी, पूर्व सीपीएस केडी भंडारी, विजय खुल्लर, एमएल चोडा, संजीव शुक्ला, प्रदीप कुमार, बांके लालपुरी, सुरेंद्र खुल्लर, वरिंदर खुल्लर, जगजीत सिंह गाबा, तरुण सिक्का, अमित कुकरेजा, सौरभ खुल्लर, सुमित शर्मा, बलराज ठाकुर, अरुणा अरोड़ा, हरजिंदर सिंह लाडा सहित राजनीतिक, धार्मिक तथा सामाजिक वर्ग से जुड़े लोगों ने पहुंचकर स्वर्गीय सरदारनी गुरमीत कौर घुम्मन को भावभीनी श्रद्धांजलि भेंट की। सत्संग जीओ, अज का यह गुरमत समागम सत्कारयोग माता गुरमीत कौर जी, सुपत्नी स्वर्गवासी सरदार टहल सिंह जी, अकाल पुरख वाहेगुरु ने माता जी ने जिनी सवासा की पूंजी बख्शिश की, इस मातलोक की यात्रा की, हुक्म आया अकाल पुरख वाहिगुरु का, क्योंकि जो भी जीव इस संसार दे विच आया है वो अपना मरना पहला लिखा के फिर इस संसार दे विच आउंदा है। मरन लिखाए मंडल में आए, सो जिन्हें उन्होंने सुवासा की पूंजी अकाल पुरख वाहिगुरु ने दिती उसनों भोग दो गए, परमात्मा की रजा दे विच अकाल चलाना कर गए, उन्हां दी आत्मक शांति वास्ते उन्हां दे सपुत्र सरदार लखबीर सिंह जी लाली घुम्मण समूह परिवार रिश्तेदार उन्हां दीआं बेटियां वल्लों ग्रह विखे परसों रोज तों जो श्री अखंड पाठ साहिब जी लिखाए सन अज सवेरे उन्हां दी समाप्ति तों बाद गुरु घर विखे गुरमुख दीवान सजे, जिस दे विच सत्कारयोग भाई साहिब भाई जसवंत सिंह जी साबका हजूरी रागी जथा सचखंड श्री दरबार साहब,
ਉਹਨਾਂ ਨੇ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ ਹੈ। ਉਪਰੰਤ ਗੁਰੂ ਚਰਨਾਂ ਵਿੱਚ ਸਭ ਨੇ ਮਿਲ ਕੇ ਚੋਰੀ ਕੀਤੀ ਹੈ, ਬੇਨਤੀ ਕੀਤੀ ਹੈ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਰ, ਦੇਹੋ ਸੱਜਣ ਅਸਿਸੜੀਆਂ, ਜਿਉਂ ਹੋਵੇ ਸਹਿਬ ਸਿਉਂ ਮੇਰ। और अब अंत में हलचल की गतिविधियों पर एक नजर फिर से। जंडियाला गुरु की नई आबादी के रहने वाले नौजवान का शव बंडाला ट्रेन से मिला, 16 फरवरी को किया गया था अगवा। होशियारपुर की टांडा पुलिस ने एक नशा तस्कर को किया काबू, 1.5 किलो अफीम की बरामद। जालंधर कमिश्नरेट पुलिस ने 2 नशा तस्करों को किया काबू, 120 ग्राम हेरोइन की बरामद। इसके साथ ही अब तक की गतिविधियां समाप्त होती हैं और ताजा जानकारी के लिए देखते रहिए हलचल।